ਉਹਨਾਂ ਦਾ ਵੀ ਸੁਪਨਾ ਸੀਗਾ ਕਿਉਂਕਿ ਉਹ ਪਿੱਛੇ ਕਿਸੇ ਤੋਂ ਜੌਬ ਕਰਦੇ ਸੀਗੇ ਕਾਫੀ ਟਾਈਮ ਤੋਂ ਕਿਸੇ ਉਹਨਾਂ ਨੂੰ ਇਹ ਸੀ ਕਿ ਮੈਂ ਕਿਸੇ ਦੇ ਅੰਡਰ ਨਾ ਰਹਿ ਕੇ ਆਪ ਜੌਬ ਕਰਾਂ ਜਾਂ ਆਪਣਾ ਕੰਮ ਕੁਛ ਵੀ ਭਾਵੇਂ ਛੋਟਾ ਹੀ ਹੋਵੇ ਆਪਣਾ ਖੋਲੀਏ ਇਸ ਲਈ ਫਿਰ ਆਹ ਸਟਾਰਟ ਕੀਤਾ ਕਨਸੈਪਟ ਆਪਾਂ ਸ਼ੁਰੂ ਕਿਵੇਂ ਕੀਤਾ ਅਤੇ ਸਾਡੇ ਕੋਲ ਬਾਈਕ ਸੀ ਇੱਕ ਅਸੀਂ ਉਹ ਸੇਲ ਕਰਕੇ ਅਤੇ ਆਪਣਾ ਇੱਕ ਛੋਟਾ ਜਿਹਾ ਕਨਸੈਪਟ ਸ਼ੁਰੂ ਕੀਤਾ ਹੁਣ ਇੱਕ ਦੀ ਜਗ੍ਹਾ ਕਹਿੰਦੇ ਦੋ ਬਣਾ ਲਏ ਹਾਂਜੀ ਇੱਕ ਸ਼ੋਪ ਸਾਡੀ ਨਿਊ ਬ੍ਰਾਂਚ ਆਪਾਂ ਕੀਤੀ ਆ ਉੱਥੇ ਨੌਨ ਵੈਜ ਦਾ ਆ ਹਾਂਜੀ ਨੌਨ ਵੈਜ ਸਨੈਕਸ ਦਾ ਬਾਕੀ ਇੱਥੇ ਵੀ ਬਹੁਤ ਵਧੀਆ ਚੱਲ ਰਿਹਾ ਆਪਣਾ ਇੱਥੇ ਜਿੰਨੇ ਮਿਹਨਤ ਕਰਨੀ ਆ ਉਹ ਇੱਥੇ ਵੀ ਕਾਮਯਾਬ ਹੋ ਜਾਂਦਾ ਤੁਹਾਡੇ ਸਾਹਮਣੇ ਦੇਖ ਲਓ ਸਾਡੀ ਇੱਕ ਆ ਦੁਕਾਨ ਆ ਇੱਕ ਆਪਾਂ ਨਿਊ ਬ੍ਰਾਂਚ ਹੋਰ ਓਪਨ ਕਰ ਲਈ ਸੁਖਜੀਤ ਕੌਰ ਮੈਡਮ ਇਹ ਫਾਸਟ ਫੂਡ ਜੋ ਇੱਥੇ ਬਰਗਰ ਪੀਜ਼ਾ ਸੈਂਡਵਿਚ ਫਰੈਂਚ ਫ੍ਰਾਈਜ਼ ਮੇਰੇ ਹਸਬੈਂਡ ਨੇ ਯਾਦਵਿੰਦਰ ਸਿੰਘ ਇਹ ਆਈਡੀਆ ਬਸ ਐਵੇਂ ਹੀ ਕਿ ਉਹਨਾਂ ਦਾ ਵੀ ਸੁਪਨਾ ਸੀਗਾ ਕਿਉਂਕਿ ਉਹ ਪਿੱਛੇ ਕਿਸੇ ਤੋਂ ਜੌਬ ਕਰਦੇ ਸੀਗੇ ਕਾਫੀ ਟਾਈਮ ਤੋਂ ਕਿਸੇ ਉਹਨਾਂ ਨੂੰ ਇਹ ਸੀ ਕਿ ਮੈਂ ਕਿਸੇ ਦੇ ਅੰਡਰ ਨਾ ਰਹਿ ਕੇ ਆਪ ਜੌਬ ਕਰਾਂ ਜਾਂ ਆਪਣਾ ਕੰਮ ਕੁਛ ਵੀ ਭਾਵੇਂ ਛੋਟਾ ਹੀ ਹੋਵੇ ਆਪਣਾ ਖੋਲੀਏ ਇਸ ਲਈ ਫਿਰ ਆਹ ਸਟਾਰਟ ਕੀਤਾ ਇਹ ਬਾਹਰ ਜਾਣ ਲਈ ਅਸੀਂ ਇਹ ਸੋਚਿਆ ਕਿ ਕਿਉਂ ਨਾ ਅਸੀਂ ਬਾਹਰ ਜਾਣ ਤੋਂ ਚੰਗਾ ਕਿ ਆਪਣਾ ਹੀ ਕੰਮ ਕਰ ਲਈਏ ਫਿਰ ਅਸੀਂ ਆਪਣਾ ਸਟਾਰਟਅਪ ਸ਼ੁਰੂ ਕੀਤਾ ਫਿਰ ਇਹਨਾਂ ਕੋਲ ਇੱਕ ਬੁਲਟ ਸੀਗਾ ਫਿਰ ਅਸੀਂ ਆਪਣਾ ਬੁਲਟ ਸੇਲ ਕੀਤਾ ਉਹਨਾਂ ਪੈਸਿਆਂ ਨਾਲ ਜਿਹੜੇ ਜੋ ਵੀ ਸੀ ਕੁਛ ਪਹਿਲਾਂ ਵੀ ਥੋੜ੍ਹਾ ਜੋੜਿਆ ਹੋਇਆ ਸੀ ਉਹਨਾਂ ਨਾਲ ਫਿਰ ਅਸੀਂ ਆਪਣਾ ਸਟਾਰਟਅਪ ਸ਼ੁਰੂ ਕੀਤਾ ਉਸ ਤੋਂ ਬਾਅਦ ਵਾਹਿਗੁਰੂ ਦੀ ਕਿਰਪਾ ਨਾਲ ਬੜੀ ਜ਼ਿਆਦਾ ਵਧੀਆ ਰਿਸਪੋਂਸ ਮਿਲਿਆ ਲੋਕਾਂ ਵੱਲੋਂ ਫਿਰ ਅਸੀਂ ਆਪਣਾ ਬੁਲਟ ਵੀ ਵਾਪਸ ਲੈ ਲਿਆ ਅਤੇ ਇੱਕ ਹੋਰ ਬ੍ਰਾਂਚ ਸ਼ੁਰੂ ਕੀਤੀ ਹੈ ਫੂਡ ਗੈਲਰੀ ਜਿਹਦੇ ਵਿੱਚ ਨੌਨ ਵੈਜ ਦਾ ਕੰਮ ਸਟਾਰਟ ਕੀਤਾ ਹੋਇਆ ਨਹੀਂ ਬਹੁਤ ਵਧੀਆ ਹੈ ਜਿਵੇਂ ਕਿ ਬਾਹਰ ਵੀ ਜਾ ਕੇ ਕੰਮ ਹੀ ਕਰਨਾ ਸੀਗਾ ਤੋ ਇੱਥੇ ਕੀ ਫੈਮਲੀ ਦੇ ਨਾਲ ਰਹਿ ਕੇ ਅਸੀਂ ਕੰਮ ਕਰਦੇ ਪਏ ਹਾਂ ਅਤੇ ਹਾਂ ਬਾਹਰ ਜ਼ਰੂਰ ਜਾਵਾਂਗੇ ਇੱਕ ਸੁਪਨਾ ਹੈ ਕਿ ਜਿਵੇਂ ਭਾਵੇਂ ਟੂਰ ਹੀ ਘੁੰਮਣ ਫਿਰਨ ਹੀ ਜਾਈਏ ਜ਼ਰੂਰ ਜਾਵਾਂਗੇ ਮੇਰਾ ਨਾਮ ਯਾਦਵਿੰਦਰ ਸਿੰਘ ਹੈ ਜੀ ਇੱਥੇ ਮੈਂ ਅਤੇ ਮੇਰੀ ਵਾਈਫ ਹੁੰਦਾ ਇਹ ਫਾਸਟ ਫੂਡ ਦੀ ਸਰ ਇਹਦੇ ਵਿੱਚ ਪੀਜ਼ਾ ਸੈਂਡਵਿਚ ਬਰਗਰ ਫਰੈਂਚ ਫ੍ਰਾਈਜ਼ ਅਤੇ ਪਾਸਤਾ ਹੈ ਇਹ ਦੋਨੋਂ ਸਟੋਰੀਆਂ ਤਾਂ ਅਲੱਗ ਅਲੱਗ ਹੈ ਚਲੋ ਮੈਂ ਤੁਹਾਨੂੰ ਪਹਿਲਾਂ ਇਹ ਦੱਸ ਦਿੰਦਾ ਕਨਸੈਪਟ ਆਪਾਂ ਸ਼ੁਰੂ ਕਿਵੇਂ ਕੀਤਾ ਇਹ ਸਾਡੇ ਕੋਲ ਨਾ ਮੇਰੇ ਕੋਲ ਬਾਈਕ ਸੀ ਇੱਕ ਅਤੇ ਸਾਡੇ ਕੋਲ ਬਾਈਕ ਸੀ ਇੱਕ ਅਸੀਂ ਉਹ ਸੇਲ ਕਰਕੇ ਅਤੇ ਆਪਣਾ ਇੱਕ ਛੋਟਾ ਜਿਹਾ ਕਨਸੈਪਟ ਸ਼ੁਰੂ ਕੀਤਾ ਇਹ ਮੇਰੇ ਵਾਈਫ ਹੀ ਕਹਿੰਦੇ ਸੀ ਕਿ ਇੱਦਾਂ ਤੁਸੀਂ ਆਪਣਾ ਕੋਈ ਛੋਟਾ ਮੋਟਾ ਭਾਵੇਂ ਬਿਜ਼ਨਸ ਹੋਏ ਇਹਨੂੰ ਸ਼ੁਰੂ ਕਰੋ ਅਤੇ ਮੈਂ ਸੋਚਿਆ ਕਿ ਉਹ ਨਾ ਮੈਂ ਆਪਣੀ ਬਾਈਕ ਸੇਲ ਕਰਦਾ ਅਤੇ ਆਪਾਂ ਕਰ ਲਈਏ ਕਿਉਂਕਿ ਸਾਡੇ ਕੋਲ ਪੈਸੇ ਦੀ ਨਹੀਂ ਪੈਸੇ ਦੀ ਤੰਗੀ ਸੀ ਥੋੜ੍ਹੀ ਉਹਦੇ ਕਰਕੇ ਫਿਰ ਆਪਾਂ ਬੁਲਟ ਸੇਲ ਕਰਤਾ ਅਤੇ ਇੱਕ ਛੋਟਾ ਜਿਹਾ ਫਾਸਟ ਫੂਡ ਦਾ ਕੈਫੇ ਓਪਨ ਕਰ ਲਿਆ ਹਾਂਜੀ ਇੱਕ ਸ਼ੋਪ ਸਾਡੀ ਨਿਊ ਬ੍ਰਾਂਚ ਆਪਾਂ ਕੀਤੀ ਆ ਉੱਥੇ ਨੌਨ ਵੈਜ ਦਾ ਆ ਹਾਂਜੀ ਨੌਨ ਵੈਜ ਸਨੈਕਸ ਦਾ ਅਤੇ ਉਹ ਪਹਿਲਾਂ ਤਾਂ ਮੈਨੂੰ ਇਹੀ ਕਹਿੰਦੇ ਸੀ ਕਿ ਆਪਾਂ ਬਾਹਰ ਜਾਈਏ ਬਾਹਰ ਜਾਈਏ ਪਰ ਉਹਦੇ ਲਈ ਸਾਡੇ ਕੋਲ ਇੰਨੇ ਪੈਸੇ ਨਹੀਂ ਸੀ ਹੈਗੇ ਅਤੇ ਫਿਰ ਆਪਾਂ ਕਦੀ ਜਾਵਾਂਗੇ ਜ਼ਰੂਰ ਇੱਕ ਆਪਾਂ ਟੂਰ ਜ਼ਰੂਰ ਕਰਾਂਗੇ ਇਹਦਾ ਅਤੇ ਬਾਕੀ ਇੱਥੇ ਵੀ ਬਹੁਤ ਵਧੀਆ ਚੱਲ ਰਿਹਾ ਆਪਣਾ ਇੱਥੇ ਜਿੰਨੇ ਮਿਹਨਤ ਕਰਨੀ ਆ ਉਹ ਇੱਥੇ ਵੀ ਕਾਮਯਾਬ ਹੋ ਜਾਂਦਾ ਤੁਹਾਡੇ ਸਾਹਮਣੇ ਦੇਖ ਲਓ ਸਾਡੀ ਇੱਕ ਆ ਦੁਕਾਨ ਆ ਇੱਕ ਆਪਾਂ ਨਿਊ ਬ੍ਰਾਂਚ ਹੋਰ ਓਪਨ ਕਰ ਲਈ ਹੈ ਹਾਂਜੀ ਹਾਂਜੀ ਉੱਥੇ ਥੋੜ੍ਹੇ ਪੈਸੇ ਇਕੱਠੇ ਕੀਤੇ ਸੀ ਅਤੇ ਵਿੱਚ ਬੁਲਟ ਦੇ ਨਾਲ ਉਹ ਬੁਲਟ ਸੇਲ ਕਰਕੇ ਅਤੇ ਇੱਕ ਥੋੜ੍ਹੇ ਪੈਸੇ ਹੋਰ ਐਡ ਕੀਤੇ ਘਰਦਿਆਂ ਨੇ ਕੁਛ ਨਹੀਂ ਕਿਹਾ ਉਹ ਕਹਿੰਦੇ ਕੋਈ ਨਹੀਂ ਤੁਸੀਂ ਬਾਬਾ ਜੀ ਦਾ ਨਾਮ ਲੈ ਕੇ ਸ਼ੁਰੂ ਕਰੋ ਅਤੇ ਸਭ ਕੁਛ ਸਹੀ ਸਹੀ ਹੋਏਗਾ ਹਾਂਜੀ ਇੱਕ ਬੁਲਟ ਅਸੀਂ ਹੋਰ ਲੈ ਲਿਆ ਨਾਲ ਮੋਪੜ ਲਈਏ